ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ 2023 ਦੀ ਵਿਸਾਖੀ ਨੂੰ ਵੱਡਾ ਕ੍ਰਿਸ਼ਮਾ ਹੋ ਰਿਹਾ ਹੈ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸੱਤ ਜੋਗ ਆ ਰਿਹਾ ਹੈ ਤੇ ਇੱਕ ਪਾਪੀ ਵੀ ਨਹੀਂ ਰਹਿਣਾ ਸਾਰੇ ਪਾਪੀਆਂ ਦਾ ਨਾਸ਼ ਹੋ ਜਾਏਗਾ ਸਾਰੇ ਲੋਕ ਦੁਸ਼ਟ ਜਿਹੜੇ ਨੇ ਨਾਸ਼ ਹੋ ਜਾਵਣਗੇ ਤੇ ਮੈਂ ਬੇਨਤੀਆਂ ਸਾਂਝੀਆਂ ਕਰਨ ਲੱਗਿਆ ਸਾਰੇ ਜਣੇ ਧਿਆਨ ਨਾਲ ਸੁਣਿਓ ਫੱਦੇ ਬਲਾਓ ਆਰੰਭਤਾ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੇਖੋਗੇ ਕੀ ਚੱਲ ਰਿਹਾ ਅੱਜ ਮੈਨੂੰ ਇੱਕ ਗੱਲ ਜਿਹੜੀ ਹੈ ਬੜੀ ਖੜਕਦੀ ਹੈ ਬੜੀ ਯਾਦ ਆਉਂਦੀ ਹੈ ਤੇ ਕਈ ਵਾਰੀ ਬਾਬਾ ਜੀ ਕਹਿੰਦੇ ਹੁੰਦੇ ਸੀ ਸਾਡੇ ਬਜ਼ੁਰਗ ਸੀਗੇ ਬਾਬਾ ਜੀ ਪੜਾ ਨਿਤਨੇਮ ਸੀ ਉਹਨਾਂ ਦਾ ਬੜਾ ਬਾਣੀ ਦਾ ਪਾਠ ਕਰਦੇ ਸੀ ਗੁਰਮਖ ਪਿਆਰੇ ਸੀ ਜਿਹੜਾ ਬਾਣੀ ਪੜਦਾ ਹੋਵੇ ਨਾ ਅੰਤਰੀਵ ਗਿਆਨ ਹੋ ਜਾਂਦਾ ਹੈ ਉਸ ਨੂੰ ਤੁਸੀਂ ਵੀ ਕਰੋਗੇ ਜੇ ਨਾ ਨਿਤਨੇਮ ਰੋਜ਼ ਰੋਜ਼ ਨਿਤਨੇਮੀ ਬਣ ਜਾਓਗੇ ਤੁਹਾਨੂੰ ਅੰਤਰੀਵ ਗਿਆਨ ਹੋ ਜਾਏਗਾ ਬਾਹਰੀ ਚੀਜ਼ਾਂ ਦੀ ਸਾਰੀ ਪਲਕੜ ਨੇ ਸਤਾ ਸਾਰੀ ਖਤਮ ਹੋ ਜਾਊਗੀ ਤੁਹਾਡੀ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਸੋ ਮੈਂ ਬੇਨਤੀ ਕਰਾਂਗਾ ਤੇ ਉਸ ਬਜ਼ੁਰਗ ਨੇ ਜੋ ਗੱਲ ਕੀਤੀ ਹੈ ਉਸ ਬਜ਼ੁਰਗ ਨੇ ਜੋ ਬਾਤ ਕੀਤੀ ਹੈ ਉਹਦੇ ਮੁਤਾਬਕ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਧਿਆਨ ਨਾਲ ਸੁਣਿਓ ਤੇ ਉਹ ਬਾਬਾ ਕਹਿੰਦਾ ਕਿ ਲੋਕ ਕਹਿੰਦੇ ਨੇ ਕਲਯੁਗ ਆਊਗਾ ਕਲਯੁਗ ਆਉਣ ਵਾਲਾ ਆ ਕਹਿੰਦਾ ਕਲਯੁਗ ਨੇ ਨਹੀਂ ਆਉਣਾ ਕਲਯੁਗ ਤਾਂ ਆ ਚੁੱਕਿਆ ਹੈ ਉਹ ਤੇ ਚੱਲ ਰਿਹਾ ਹੈ 2023 ਦੇ ਵਿੱਚ ਕੋਈ ਕਹਿ ਰਿਹਾ ਸਤਜੁਗ ਆ ਰਿਹਾ ਕੋਈ ਕਹਿ ਰਿਹਾ 2024 ਦੇ ਵਿੱਚ ਕੋਈ 29 ਦੇ ਵਿੱਚ ਕੋਈ 2050 ਦੇ ਵਿੱਚ ਕਹਿਣ ਲਈ ਲੱਗਿਆ ਹੋਇਆ ਇੱਥੋਂ ਤੱਕ ਲੋਕ ਤਾਂ ਇਹ ਵੀ ਕਹੀ ਜਾਂਦੇ ਨੇ ਕਹਿੰਦੇ ਵਿਕਸਿਕਤਾ ਹੋ ਚੁੱਕੀਆਂ ਨੇ 2050 ਦੇ ਵਿੱਚ ਉਡਣੀਆਂ ਕਾਰਾਂ ਚੱਲਣਗੀਆਂ ਧਰਤੀ ਦੇ ਉੱਤੇ ਟ੍ਰੇਨਾਂ ਚੱਲਣਗੀਆਂ ਇੱਥੇ ਬੱਦਲਾਂ ਵਰਗਾ ਮਾਹੌਲ ਹੋਊਗਾ ਇੱਥੇ ਜਿਵੇਂ ਕਿ ਫਿਲਮਾਂ ਦੇ ਵਿੱਚ ਟੀਵੀਆਂ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਪਿਆਰਿਓ ਉਹ ਪਰਿ ਲੋਕ ਦਿਖਾਉਂਦੇ ਹੁੰਦੇ ਨੇ ਨਾ ਚਾਰੇ ਪਾਸੇ ਬੱਦਲ ਫੁੱਲ ਟੈਕ ਦੇ ਪ੍ਰਕਿਰਤੀ ਦਾ ਪੂਰਾ ਸਮੇਲ ਉਹ ਚੀਜ਼ਾਂ ਕਿਹਨੇ ਧਰਤੀ ਦੇ ਉੱਪਰ ਪੈਦਾ ਕਰ ਦੇਣੀਆਂ ਨੇ ਉਹ ਚੀਜ਼ਾਂ ਪੈਦਾ ਹੋ ਜਾਣਗੀਆਂ ਉਹਰੇ 2050 ਦੇ ਵਿੱਚ ਪਰ ਹਲੇ 50 ਕਿੰਨੀ ਦੂਰ ਹੈ ਅਜੇ ਤਾਂ 2022 ਉਹ ਚੱਲਦਾ ਹੈ ਕਿੰਨੇ ਸਾਲ ਪਏ ਨੇ ਹਜੇ ਤਾਂ ਘੱਟੋ-ਘੱਟ 28 ਸਾਲ ਦਾ ਸਮਾਂ ਪਿਆ ਉਹ ਚੀਜ਼ਾਂ ਨੂੰ ਪਰ ਲੋਕਾਂ ਦੇ ਕਹਿਣ ਦੀ ਗੱਲ ਐ ਪਰ ਮੈਂ ਬੇਨਤੀ ਕਰੂੰਗਾ ਕਹਿੰਦਾ ਉਸ ਬਜ਼ੁਰਗ ਨੇ ਆਖਿਆ ਕਿ ਲੋਕ ਕਹਿੰਦੇ ਆ ਕਲਯੁਗ ਆਊਗਾ ਕਲਯੁਗ ਤੇ ਚੱਲ ਰਿਹਾ ਹੈ ਅੱਜ ਦੇਖੋ ਸਾਕਾ ਭਰਾ ਭਰਾ ਦਾ ਕਾਤਲ ਬਣਿਆ ਪਿਆ ਹਰ ਕੋਈ ਬੰਦਾ ਇੱਕ ਦੂਜੇ ਦੀ ਜਾਨ ਦਾ ਦੁਸ਼ਮਣ ਬਣਿਆ ਪਿਆ ਹਰ ਕੋਈ ਬੰਦਾ ਇੱਕ ਦੂਜੇ ਦੇ ਉੱਪਰ ਗੁੱਜੀਆਂ ਨੁਸਰਤਾਂ ਲਾ ਰਿਹਾ ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਨੇ ਮੈਨੂੰ ਕਹਿਣਾ ਪੈ ਰਿਹਾ 8 8 9 9 ਸਾਲਾਂ ਦੀਆਂ ਬੱਚੀਆਂ ਨੂੰ ਸ਼ੋਸ਼ਣ ਕੀਤਾ ਜਾਂਦਾ ਆ ਤੇ ਵੱਡੀਆਂ ਔਰਤਾਂ ਸੇਫ ਨਹੀਂ ਚੋਰੀ ਦੀਆਂ ਵਾਰਦਾਤਾ ਇੱਕ ਨਿੱਕੀ ਜੀ ਚੈਨ ਪਿੱਛੇ ਗਲੇ ਕੱਟ ਦੇਣੇ ਕੰਨ ਪਾੜ ਦੇਣੇ ਨਸ਼ੇ ਦੇ ਵਿੱਚ ਪਾ ਕੇ ਗੱਭਰੂ ਮਾਰ ਰਹੇ ਨੇ ਇਹ ਕਲਯੁਗ ਨਹੀਂ ਤੇ ਹੋਰ ਕੀ ਹੈ ਇੱਕ ਧੀਆ ਆਪਣੇ ਮਾਪਿਆਂ ਦੀ ਇੱਜ਼ਤ ਰੋਲ ਕੇ ਘਰੋਂ ਚਲੀਆਂ ਜਾਂਦੀਆਂ ਨੇ ਯਾਦ ਰੱਖਿਓ ਪੁੱਤ ਨਸ਼ੇ ਦੀ ਭੇਡ ਚੜ ਰਹੇ ਨੇ ਇਹ ਕਲਯੁਗ ਨਹੀਂ ਤੇ ਹੋਰ ਕੀ ਹੈ ਇਸ ਗੱਲ ਦਾ ਜਵਾਬ ਦੇ ਦਿਓ ਦੱਸੋ ਖਾਂ ਪਹਿਲਾਂ ਸਮਿਆਂ ਵਿੱਚ ਅਜੇਹਾ ਹੁੰਦਾ ਸੀ ਪਹਿਲਾਂ ਸਮਿਆਂ ਵਿੱਚ ਅਜੇਹਾ ਨਹੀਂ ਨਾ ਹੋਇਆ ਬਿਲਕੁਲ ਹੁਣ ਹੀ ਹੋਣ ਲੱਗਿਆ ਲੋਕਾਂ ਦਾ ਮੰਨਣਾ ਹੈ ਕਿ ਕਲਯੁਗ ਆਊਗਾ ਲੋਕਾਂ ਦਾ ਮੰਨਣਾ ਹੈ ਕਿ ਕਾਲ ਯੁਗ ਦੇ ਵੱਡੇ ਵੱਡੇ ਦੰਦ ਹੋਣਗੇ ਲੰਮੇ ਕੇਸ ਹੋਣਗੇ ਭਿਆਨਕ ਚਿਹਰਾ ਹੋਊਗਾ ਜੇ ਕਾਲ ਯੁਗ ਆਉਣ ਵਾਲਾ ਹੈ ਜੇ ਕਾਲ ਯੁਗ ਆਊਗਾ ਪਰ ਕਾਲ ਯੁਗ ਨੇ ਆਉਣਾ ਨਹੀਂ ਕਾਲ ਯੁਗ ਤੇ ਆ ਕੇ ਚਲੇ ਗਿਆ ਕਾਲ ਯੁਗ ਨਹੀਂ ਹੋਣਾ ਆਉਂਦਾ ਕਾਲ ਯੁਗ ਤਾਂ ਆ ਕੇ ਚਲੇ ਗਿਆ ਕਾਲ ਯੁਗ ਤਾਂ ਕਾਦਾ ਲੰਘ ਗਿਆ ਕਾਲ ਯੁਗ ਨਹੀਂ ਹੋਣਾ ਆਉਂਦਾ ਕਾਲ ਯੁਗ ਤਾਂ ਆ ਕੇ ਚਲੇ ਗਿਆ ਭਾਈ ਉਹ ਨਹੀਂ ਹੋਣਾ ਆਉਂਦਾ ਕਾਲ ਯੁਗ ਤਾਂ ਕਾਦਾ ਆ ਕੇ ਲੰਘ ਗਿਆ ਜੇ ਆਪਾਂ ਕਹੀਏ ਵੀ ਕਾਲ ਯੁਗ ਆਊਗਾ ਕਲਯੁਗ ਤਾਂ ਆ ਕੇ ਚਲਿਆ ਗਿਆ ਤੇ ਚੱਲ ਰਿਹਾ ਆਪਣਾ ਪ੍ਰਭਾਵ ਛੱਡ ਗਿਆ ਸਤਜੁਗ ਤਾਂ ਬਹੁਤ ਦੂਰ ਹੈ ਹਜੇ ਹਜੇ ਕਲਯੁਗ ਦੀ ਉਮਰ ਬਹੁਤ ਲੰਮੇਰੀ ਹੈ ਹਲੇ ਤੇ ਬਹੁਤ ਲੰਮੀ ਉਮਰ ਪਈ ਹੈ ਕਲਯੁਗ ਦੀ ਹਲ ਤਾਂ ਪੂਰੀ ਜਵਾਨੀ ਵਿੱਚ ਜਾਣਾ ਹੈ ਕਲਯੁਗ ਨੇ ਹਲ ਤਾਂ ਬਚਪਨ ਵਿੱਚ ਹੀ ਹੈ ਕਿ ਆਪਾਂ ਦੇਖਦੇ ਨਾ ਬੱਚੇ ਦੀ ਉਮਰ ਬਚਪਨ ਵਿੱਚ ਕੀ ਹਰਕਤਾਂ ਕਰਦਾ ਤੇ ਜਵਾਨੀ ਵਿੱਚ ਜਾ ਕੇ ਹਰਕਤਾਂ ਬਦਲ ਜਾਂਦੀਆਂ ਨੇ ਬੁਢੇਪੇ ਵਿੱਚ ਜਾ ਕੇ ਹਰਕਤਾਂ ਹੋਰ ਬਦਲ ਜਾਂਦੀਆਂ ਨੇ ਤੇ ਹਜੇ ਤੇ ਬਚਪਨ ਵਿੱਚ ਹੈ ਹਜੇ ਦਾ ਖੇਡ ਖਿਡਾਰੀਆਂ ਕਰਦਾ ਜਦੋਂ ਪੂਰੀ ਜੋਬਨ ਤੇ ਪੂਰੀ ਰੁੱਤ ਦੇ ਵਿੱਚ ਜਾਊਗਾ ਕਲਯੁਗ ਵੇਰ ਵੇਖਿਓ ਅਸਲ ਰੰਗ ਕੀ ਹੋਣਗੇ ਕਲਯੁਗ ਦੇ ਅਸਲ ਰੰਗ ਕੀ ਹੋਣਗੇ ਪਿਆਰਿਓ ਹਜੇ ਦੇ ਚੱਲ ਹੀ ਰਿਹਾ ਕਲਯੁਗ ਇਹ ਨਾ ਸਮਝਿਓ ਕਿ ਉਹਦੇ ਵੱਡੇ ਵੱਡੇ ਦੰਦ ਹੋਣਗੇ ਭਿਆਨਕ ਚਿਹਰਾ ਹੋਊਗਾ ਵੱਡਾ ਸਾਰਾ ਕੱਦ ਹੋਊਗਾ ਤੇ ਉਹ ਸਹ ਸਹ ਕਰਦਾ ਆਊਗਾ ਜੀ ਉਹ ਵੱਡੀਆਂ ਹਵਾਵਾਂ ਚੱਲਣਗੀਆਂ ਪਚਾਲ ਆਉਣਗੇ ਚਖੜ ਚੱਲਣਗੇ ਜਦੋਂ ਕਲਯੁਗ ਆਊਗਾ ਨਹੀਂ ਪਿਆਰਿਓ ਕਲਯੁਗ ਤਾਂ ਚੱਲ ਰਿਹਾ ਹੈ ਕਲਯੁਗਤਾ ਹੁਣ ਇੱਥੇ ਮੌਜੂਦ ਹੈ ਇਹ ਯਾਦ ਰੱਖਿਓ ਪਿਆਰਿਓ ਕਲਯੁਗਤਾ ਹੁਣ ਹੈਗਾ ਆ ਸਤਜੁਗ ਕਹਿੰਦੇ ਜੀ ਅਗਲੇ ਸਾਲ ਸਤਜੁਗ ਆ ਰਿਹਾ ਵੀਰਵਾਰ ਦੀ ਵਿਸਾਖੀ ਆਊਗੀ ਮੈਂ ਕਹਿੰਦਾ ਗੁਰਮਖੋ ਵਿਸਾਖੀ ਆਜੇ ਵੀਰਵਾਰ ਦੀ ਪਾਤਸ਼ਾਹੇ ਜੋ ਨਿਯਮ ਬਣਾਇਆ ਹੋਇਆ ਹੈ ਕਲ ਯੁਗ ਟਲ ਵੀ ਸਕਦਾ ਹੈ ਜੇਕਰ ਗੁਰੂ ਦੇ ਨਾਲ ਜੁੜ ਜਾਈਏ ਪਾਤਸ਼ਾਹੇ ਦੇ ਨਾਲ ਜੁੜ ਜਾਈਏ ਹਰ ਕੋਈ ਬੰਦਾ ਗੁਰਬਾਣੀ ਪੜਨ ਲੱਗ ਜਾਏ ਅੱਜ ਇੱਕ ਰੌਲਾ ਪਾਇਆ ਜਾਂਦਾ ਨਾ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ ਕਿਉਂਕਿ ਸਾਡੇ ਨਾਲ ਤੱਕੇ ਹੁੰਦੇ ਨੇ ਤੱਕੇ ਛਾਇयां ਹੁੰਦੀਆਂ ਨੇ ਮੈਂ ਬੇਨਤੀ ਕਰੂੰਗਾ ਖਾਲਿਸਤਾਨ ਕਿਹੜੇ ਬినా ਦੇ ਉੱਪਰ ਮੰਗਦੇ ਆ ਯਾਦ ਰੱਖਿਓ ਖਾਲਿਸਤਾਨ ਮੰਗਣ ਦੀ ਲੋੜ ਨਹੀਂ ਖਾਲਿਸਤਾਨ ਆਪਣੇ ਆਪ ਮਿਲੂਗਾ ਇੱਕ ਵਾਰ ਇਸ ਗੱਲ ਤੇ ਗੌਰ ਕਰ ਲਿਓ ਕਈ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ ਕਈ ਲੋਕ ਮੈਨੂੰ ਗਾਲਾਂ ਵੀ ਕੱਢਣਗੇ ਯਾਦ ਰੱਖਿਓ ਇਹ ਗੱਲ ਦੇ ਵਿੱਚ ਸੱਚਾਈ ਹੈ 100% ਇਸ ਗੱਲ ਨੂੰ ਮੰਨ ਕੇ ਵੇਖਿਓ ਜੇ ਕਦੇ ਹਰ ਕਿਸੇ ਦੇ ਸਿਰ ਤੇ ਕੇਸ ਹੋਣਗੇ ਭੈਣਾਂ ਦੇ ਸਿਰ ਤੇ ਚੁੰਨੀ ਹੋਊਗੀ ਪਹਿਰਾਵੇ ਸਾਦੇ ਹੋਣਗੇ ਤੇ ਵਾਰਦਾਤਾ ਘਟ ਜਾਣਗੇ ਨਸ਼ੇ ਦੀ ਡੋਜ਼ਾਂ ਦੇ ਵਿੱਚੋਂ ਨੌਜਵਾਨ ਬਾਹਰ ਆ ਜਾਣਗੇ ਆਸ਼ਕੀ ਵਿੱਚ ਭਿੱਜੇ ਹੋਏ ਸਾਰੇ ਨੌਜਵਾਨ ਤੇ ਸਾਰੇ ਮੁੰਡੇ ਕੁੜੀਆਂ ਇੱਕ લક્ષ ਧਾਰਨ ਕਰ ਲੈਣਗੇ ਤੇ ਹਰ ਕਿਸੇ ਦਾ ਅੰਮ੍ਰਿਤ ਛਕਿਆ ਹੋਊਗਾ ਯਾਦ ਰੱਖਿਓ ਦਸਤਾਰਾਂ ਸਿਰ ਤੇ ਸਜਾਈਆਂ ਹੋਣਗੀਆਂ ਤੇ ਖਾਲਿਸਤਾਨ ਮੰਗਣ ਦੀ ਲੋੜ ਨਹੀਂ ਪੈਗੀ ਆਪ ਖੁਦ ਸਾਨੂੰ ਖਾਲਿਸਤਾਨ ਮਿਲੂਗਾ ਜੇ ਅਸੀਂ ਗੁਰਬਾਣੀ ਨੂੰ ਪੜਾਂਗੇ ਗੁਰਬਾਣੀ ਨਾਲ ਜੁੜਾਂਗੇ ਗੁਰੂ ਘਰਾਂ ਦੇ ਵਿੱਚ ਸੰਗਤ ਕਰਾਂਗੇ ਡੇਰਿਆਂ ਦਾ ਖਿਆਲ ਛੱਡ ਕੇ ਗੁਰੂ ਦੀ ਬਾਣੀ ਨਾਲ ਜੁੜ ਜਾਵਾਂਗੇ ਯਾਦ ਰੱਖਿਓ ਖਾਲਿਸਤਾਨ ਮੰਗਣ ਦੀ ਸਾਨੂੰ ਲੋੜ ਹੀ ਨਹੀਂ ਪੈਗੀ ਆਪਣੇ ਆਪ ਖਾਲਿਸਤਾਨ ਹੈ ਸਾਡਾ ਏਕਾ ਜਿੰਦਾਬਾਦ ਹੋਵੇ ਸਾਡਾ ਏਕਾ ਹੋਵੇ ਆਪਸ ਦੇ ਵਿੱਚ ਸਰਕਾਰਾਂ ਦੀ ਜ਼ਰੂਰਤ ਨਹੀਂ ਸਰਕਾਰਾਂ ਦੀ ਮਜਬੂਰੀ ਨਹੀਂ ਕਿ ਸਾਨੂੰ ਹਿਲਾ ਜਾਣ ਸਰਕਾਰਾਂ ਦੀ ਕੋਈ ਇਸ ਗੱਲ ਦੀ ਮਜਾਲ ਨਹੀਂ ਹੈ ਕਿ ਸਾਡੇ ਸਿਰੋਂ ਫਾਇਦਾ ਜਾਂ ਮੁਨਾਫਾ ਕਮਾ ਜਾਣ ਇਹ ਲੋਕ ਅਸੀਂ ਖੁਦ ਇਹਨਾਂ ਨੂੰ ਮੌਕਾ ਦਿੰਨੇ ਆ ਤਾਂ ਇਹ ਲੋਕ ਮੁਨਾਫਾ ਕਮਾਉਂਦੇ ਨੇ ਤਾਂ ਇਹ ਲੋਕ ਮੁਨਾਫਾ ਭਾਲਦੇ ਨੇ ਸਾਡੇ ਸਿਰੋਂ ਅਸੀਂ ਤਾਂ ਚੁੱਪ ਕਰਕੇ ਬੈਠ ਜਾਂਦੇ ਆ ਗੁਰਮਖੋ ਯਾਦ ਰੱਖਿਓ ਇਹ ਚੀਜ਼ਾਂ ਜ਼ਰੂਰ ਯਾਦ ਰੱਖਿਓ ਕਿ ਸਾਨੂੰ ਖਾਲਿਸਤਾਨ ਮੰਗਣ ਦੀ ਲੋੜ ਨਹੀਂ ਹੈ ਸਾਡੇ ਮੂਹਰੇ ਆਪ ਧਰਨਗੇ ਆ ਕੇ ਪਰ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ ਕਲ ਜੋ ਕੋ ਟਲ ਸਕਦਾ ਜੇਕਰ ਅਸੀਂ ਗੁਰਬਾਣੀ ਦੇ ਲੜ ਲੱਗ ਜਾਈਏ ਕਲ ਜੋ ਕੋ ਟਲ ਸਕਦਾ ਜੇ ਅਸੀਂ ਸੋਚ ਨੂੰ ਬਦਲ ਲਈਏ ਸਤਜੁਗ ਸਤਜੁਗ ਤਾਂ ਭਾਵੇਂ 2023 ਚ ਛੱਡੋ ਇਸੇ 2022 ਦੇ ਐਂਡ ਵਿੱਚ ਤੁਸੀਂ ਸਤਜੁਗ ਦਾ ਮੂੰਹ ਦੇਖੋਗੇ ਜੇਕਰ ਆਪਣੇ ਕੀਤੇ ਹੋਏ ਕਾਰਜਾਂ ਨੂੰ ਥੋੜਾ ਜਿਹਾ ਵੀ ਬਦਲ ਲਵਾਂ ਥੋੜਾ ਜਿਹਾ ਬਦਲ ਲਵਾਂ ਇਹ ਗੱਲਾਂ ਯਾਦ ਰੱਖਿਓ ਪਿਆਰਿਓ ਸੋ ਇੰਨੀਆਂ ਕੋ ਬੇਨਤੀਆਂ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ